ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਸਭ ਨੂੰ ਪਤਾ ਹੈ ਕਿ ਕੱਲ੍ਹ ਕਲਰਕ ਲੀਗਲ ਦਾ ਪੇਪਰ ਹੋਇਆ ਸੀ ਜੀ, ਅਤੇ ਆਪਾਂ ਉਸਦਾ ਜਿਹੜਾ ਪਾਰਟ ਏ ਦਾ ਪੇਪਰ ਹੋਇਆ ਸੀ ਪੰਜਾਬੀ ਦਾ, ਜਿਹੜਾ ਐਡੀਸ਼ਨਲ ਪੇਪਰ ਹੋ ਰਿਹਾ ਜੀ, ਉਹਦਾ ਐਨਾਲਿਸਿਸ ਕਰਾਂਗੇ ਜੀ। ਮਤਲਬ ਕਿ ਦੇਖਾਂਗੇ ਕਿਹੜੇ ਉਹਦੇ ਆਂਸਰ ਸਹੀ ਸੀ ਜੀ, ਅਤੇ ਬਾਕੀ ਕਿ ਇਹਦੀ ਜਿਹੜੀ PDF ਹੈ ਜੀ, ਮੈਂ ਉਹ ਟੈਲੀਗ੍ਰਾਮ ਗਰੁੱਪ 'ਤੇ ਪਾ ਦਾਂਗਾ ਜੀ। ਪੂਰੇ ਪੇਪਰ ਦੀ PDF ਹੈ ਜੀ, ਮੈਨੂੰ ਕਿਸੇ ਚੈਨਲ ਤੋਂ ਮਿਲੀ ਸੀ, ਅਤੇ ਮੈਂ ਉੱਦਾਂ ਹੀ ਤੁਹਾਨੂੰ ਪਾਵਾਂਗਾ ਜੀ। ਅਤੇ ਬਾਕੀ ਆਪਾਂ ਸਟਾਰਟ ਕਰਦੇ ਹਾਂ ਜੀ। ਅਤੇ ਪਹਿਲਾ ਕੁਸ਼ਚਨ ਹੈਗਾ ਜੀ ਕਿ ਜਿਹੜੇ 50 ਸਵਾਲ ਦੇਣੇ ਸੀ, ਜਿਹਦੇ ਵਿੱਚ ਤੁਹਾਨੂੰ ਮਤਲਬ ਕਿ 25 ਨੰਬਰ ਲੈਣੇ ਲਾਜ਼ਮੀ ਸੀ, ਉਹ ਪੇਪਰ ਦੀ ਐਨਾਲਿਸਿਸ ਕਰਦੇ ਪਏ ਹਾਂ, ਤਾਂ ਜੋ ਤੁਹਾਨੂੰ ਕੋਈ ਵੀ ਐਗਜ਼ਾਮ ਅੱਗੇ ਆ ਰਿਹਾ ਉਹਨਾਂ ਵਿੱਚ ਕੋਈ ਨਾ ਕੋਈ ਸਵਾਲ ਰਿਪੀਟ ਹੋ ਸਕਦਾ, ਜਾਂ ਇਹਦੇ ਅਕੋਰਡਿੰਗ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਜੀ। ਪਹਿਲਾਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਪੁੱਛੀਆਂ ਜੀ, ਆਪਸ਼ਨ ਨੰਬਰ D ਦਾ ਸਹੀ ਆ ਜੀ, ਠੀਕ ਆ ਜੀ। ਅੱਗੇ ਆ ਜੀ ਬਾਣੀ ਦੀ 70 ਆ ਜੀ, ਜਿਸ ਪਿਆਰੇ ਸਿਓ ਨੇ ਇਹ ਵਾਰੀ ਪੁੱਛਿਆ ਕਿ ਕਿਸ ਦੀ ਹੈ ਰਚਨਾ, ਆਪਸ਼ਨ ਨੰਬਰ B ਗੁਰੂ ਅੰਗਦ ਦੇਵ ਜੀ। ਬਾਕੀ ਕਿ ਕੁਛ ਬਾਣੀ ਦੇ ਰਿਲੇਟਡ ਨੇ, ਕੁਛ ਵੀ ਜੇ ਗਲਤੀ ਹੁੰਦੀ ਹੈ ਜੀ ਮਾਫੀ ਚਾਹੁੰਦਾ। ਬਾਕੀ ਕਿ ਕੋਈ ਨਾ ਕੋਈ ਸਵਾਲ ਮੇਰਾ ਵੀ ਗਲਤ ਹੋ ਸਕਦਾ, ਜਾਂ ਕਈ ਆ ਡਿਪਾਰਟਮੈਂਟ ਉਹਦਾ ਆਂਸਰ ਕੋਈ ਵੀ ਲਾ ਸਕਦਾ ਜੀ। ਇਸ ਕਰਕੇ ਇਹਦੇ ਵਿੱਚ ਜਿਹੜੇ ਆਪਣੇ 46-47 ਸਵਾਲ ਆ ਜੀ ਉਹ ਸਹੀ ਆ ਜੀ, ਬਾਕੀ 3-4 ਸਾਲ ਦਾ ਕਹਿ ਸਕਦੇ ਹਾਂ ਕਿ ਇੱਧਰ ਉੱਧਰ ਹੋ ਜਾਂਦਾ ਜੀ, ਠੀਕ ਆ ਜੀ। ਅੱਗੇ ਆ ਜੀ ਆਪਸ਼ਨ ਪੁੱਛਿਆ ਜੀ, ਗੁਰੂ ਦਾ ਮਤਲਬ ਕਿ ਸਮਾਂ ਪੁੱਛਿਆ, ਕਿਸ ਗੁਰੂ ਦਾ ਹੈਗਾ ਸਮਾਂ ਹੈ ਜੀ, 1479 ਤੋਂ ਲੈ ਕੇ 1574, ਉਹ ਆ ਜੀ ਆਪਸ਼ਨ ਨੰਬਰ D ਗੁਰੂ ਅਮਰਦਾਸ ਜੀ, ਠੀਕ ਆ ਜੀ। ਅੱਗੇ ਗੁਰੂ ਰਾਮਦਾਸ ਜੀ ਰਚਨਾ ਪੁੱਛੀ ਆ ਜੀ, ਆਪਸ਼ਨ ਨੰਬਰ A, ਠੀਕ ਆ ਜੀ, ਹਰ ਪ੍ਰੇਮ ਬਾਣੀ ਵਾਲੀ। ਅੱਗੇ ਆ ਜੀ ਪਾਉਂਟਾ ਸਾਹਿਬ ਕਿਸ ਗੁਰੂ ਨਾਲ ਸੰਬੰਧਿਤ ਆ ਜੀ, ਇਹਨਾਂ ਵਿੱਚ ਕੋਈ ਨਹੀਂ, ਆਪਸ਼ਨ ਨੰਬਰ D, ਹਮ ਇਹ ਕਾਜ ਜਗਤ ਮੋਂ ਆਏ, ਇਹ ਆਪਸ਼ਨ ਹੈ ਜੀ ਵਿਜੇਤਾ ਨਾਟਕ 'ਚੋਂ ਆ ਜੀ, ਆਪਸ਼ਨ ਨੰਬਰ A। ਅੱਗੇ ਪੁੱਛਿਆ ਜੀ ਗੁਰੂ ਤੇਗ ਬਹਾਦਰ ਜੀ ਦੇ ਆਦਿ ਗ੍ਰੰਥ ਵਿੱਚ ਕਿੰਨੇ ਮਤਲਬ ਕਿ ਬਾਣੀ ਦੇ ਰਾਗਾਂ ਵਿੱਚ ਦਰਜਾ ਜੀ, ਮਤਲਬ ਕਿ ਪੁੱਛਿਆ ਗਿਆ ਜੀ ਰਾਗ ਪੁੱਛੇ ਗਏ ਆ ਜੀ ਗੁਰੂ ਅੰਗਦ ਦੇਵ ਜੀ ਦੇ, ਇਹ ਕਿੰਨੇ ਆ ਜੀ ਬਾਣੀ ਵਿੱਚ, ਤਾਂ ਇਹਦੀ ਆਪਸ਼ਨ ਨੰਬਰ ਗਏ ਜੀ ਆਪਸ਼ਨ ਨੰਬਰ C 15। ਅੱਗੇ ਜੀ ਨਫਾ ਦਾ ਸਮਾਨ ਅਰਥੀ ਪੁੱਛਿਆ ਜੀ, ਉਹਦਾ ਜੀ ਆਪਸ਼ਨ ਨੰਬਰ D ਫਾਇਦਾ। ਅੱਗੇ ਜੀ ਚੰਦਲ ਸ਼ਬਦ ਕਿਸ ਦਾ ਸਮਾਨ ਅਰਥੀ ਆ ਜੀ, ਉਹ ਆਂਸਰ ਹੈਗਾ ਜੀ D ਚੁਲਬਲਾ। ਅੱਗੇ ਜੀ ਕਲਾ ਦਾ ਸੁੰਗੜਨਾ ਦਾ ਵਿਰੋਧੀ ਸ਼ਬਦ ਪੁੱਛਿਆ ਜੀ, ਸੁੰਗੜਨਾ ਫੈਲਣਾ, ਠੀਕ ਆ ਜੀ, ਮਤਲਬ ਕਿ ਸੁੰਗੜਨਾ ਸੁੱਕ ਜਾਣਾ ਹੁੰਦਾ ਜੀ, ਅਤੇ ਜਿਹੜਾ ਆਪਸ਼ਨ ਨੰਬਰ ਹੈ ਜੀ B ਫੈਲਣਾ। ਅੱਗੇ ਜੀ ਕਲਾ ਦਾ ਵਿਰੋਧੀ ਸ਼ਬਦ ਕਿਹੜਾ ਜੀ, ਖੁਰਦ, ਆਪਸ਼ਨ ਨੰਬਰ A। ਅੱਗੇ ਜੀ ਮੁਹਾਵਰੇ ਦਾ ਪੁੱਛਿਆ ਕਿ ਉਹਨਾਂ ਨੇ ਕੁਛ ਆਪਸ਼ਨ ਛੱਡੀ ਹੋਈ ਹੈ, ਤਾਂ ਆਪਾਂ ਭਰਨੀ ਆ ਜੀ ਸੁੱਕੇ ਬਾਗ ਹਰੇ ਹੋਣਾ, ਆਪਸ਼ਨ ਨੰਬਰ B ਬਾਗ। ਅੱਗੇ ਘੱਟਾ ਛਾਨਣਾ ਜੀ, ਅਵਾਰੇ ਫਿਰਦੇ ਰਹਿਣਾ, ਆਪਸ਼ਨ ਨੰਬਰ D। ਜਦੋਂ ਕੋਈ ਬੱਚਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਉਹਨੂੰ ਕੀ ਕਹਿੰਦੇ ਆ ਜੀ, ਇਹਦਾ ਆਪਸ਼ਨ ਨੰਬਰ ਹੈਗਾ ਜੀ ਆਪਸ਼ਨ ਨੰਬਰ B, ਇਹ ਮੂੰਹ ਦੇ ਮਸਲਾ ਅਤੇ ਦਾਲ, ਠੀਕ ਹੈ ਜੀ। ਅੱਗੇ ਜੀ 15ਵਾਂ ਹੈਗਾ ਜੀ, ਹਿੰਗ ਲੱਗੇ ਨਾ ਫਟਕਦੀ, ਡੈਸ਼ ਚੋਖਾ ਆਵੇ ਰੰਗ, ਆਪਸ਼ਨ ਨੰਬਰ D। ਬਾਕੀ ਹੈ ਕਿ ਤੁਸੀਂ ਜਿਹੜਾ ਵੀ ਤੁਹਾਡਾ ਪੇਪਰ ਹੈਗਾ ਸੀ ਸੈੱਟ ਦੇ ਅਕੋਰਡਿੰਗ, ਤੁਸੀਂ ਕੁਸ਼ਚਨ ਮਿਲਾ ਕੇ ਦੇਖ ਸਕਦੇ ਹੋ ਜੀ, ਮੇ ਬੀ ਮੇਰੇ ਤੋਂ ਇਹ ਸੈੱਟ A ਆ ਜੀ, ਅਤੇ ਤੁਸੀਂ ਆਪਣੇ ਅਕੋਰਡਿੰਗ ਦੇਖ ਲਓ ਤੁਹਾਨੂੰ ਕਿਹੜਾ ਸੈੱਟ ਆਇਆ ਸੀ। ਅਤੇ ਬਾਕੀ ਕਿ ਜਿਹੜੇ ਤਿਆਰੀ ਕਰਦੇ ਪਏ ਕਿਸੇ ਕਲਰਕ ਐਗਜ਼ਾਮ ਦੀ, ਕਰਦੇ ਪਏ ਜਿਹੜਾ 16 ਨੂੰ ਆਉਣਾ, ਜਾਂ ਹੋਰ ਵੀ ਐਗਜ਼ਾਮ ਦੀ ਤਿਆਰੀ ਕਰਦੇ ਪਏ ਆ ਜੀ, ਉਹਦੇ ਅਕੋਰਡਿੰਗ ਤੁਸੀਂ ਆਪਣਾ ਦੇਖ ਲਓ ਕਿ ਇਹਦੇ ਆਂਸਰ ਕੀ ਬਣਦੇ ਪਏ, ਉਹਦੇ ਅਕੋਰਡਿੰਗ ਤੁਹਾਨੂੰ ਪੇਪਰ ਹੋਊਗਾ। ਜਿੱਦਾਂ ਕਲਰਕ ਦਾ ਪੇਪਰ ਆ ਰਿਹਾ ਜੀ 16 ਨੂੰ, ਜਿਹੜਾ ਹੋਣਾ ਵਾ ਸਿੰਪਲ ਜਿਹੜਾ ਕਲਰਕ ਆ, ਉਹਦੇ ਵਿੱਚ ਪੇਪਰ ਇੱਦਾਂ ਦਾ ਆਉਣਾ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੇਪਰ ਲੈ ਰਹੀ ਆ। ਅੱਗੇ ਆ ਜੀ 16ਵਾਂ ਜੀ, ਸੁਲੱਖਣਾ ਸ਼ਬਦ ਦਾ ਗੇਤਰ ਕਿਹੜਾ ਜੀ, ਤਾਂ ਉਹ ਜੀ ਆਪਸ਼ਨ ਨੰਬਰ B। ਅੱਗੇ ਜੀ ਸਹਿਮਤ ਸ਼ਬਦ ਵਿੱਚ ਅਗੇਤਰ ਕਿਹੜਾ ਜੀ, ਆਪਸ਼ਨ ਨੰਬਰ A। ਅੱਗੇ ਜੀ ਦਵਾਈ ਸ਼ਬਦ ਵਿੱਚ ਪਛੇਤਰ ਹੈ ਜੀ, ਉਹ ਆ ਜੀ E। ਅੱਗੇ ਜੀ ਉਪਦੇਸ਼ਕ ਸ਼ਬਦ ਵਿੱਚ ਪਛੇਤਰ ਕਿਹੜਾ ਜੀ, ਕਕਾ, ਆਪਸ਼ਨ ਨੰਬਰ A। ਇਹ ਅੱਗੇ ਪੁੱਛਿਆ ਕਿ ਪੰਜਾਬੀ ਵਿੱਚ ਵਚਨ ਕਿੰਨੇ ਪ੍ਰਕਾਰ ਦੇ ਹੁੰਦੇ, ਦੋ ਹੁੰਦੇ ਆ ਜੀ, ਇੱਕ ਵਚਨ ਅਤੇ ਬਹੁ ਵਚਨ। ਅੱਗੇ ਕਿਹੜਾ ਸ਼ਬਦ ਇੱਕ ਵਚਨ ਅਤੇ ਬਹੁ ਵਚਨ ਇੱਕੋ ਰੂਪ ਵਿੱਚ ਆ ਜੀ, ਆਪਸ਼ਨ ਨੰਬਰ A ਮਾਪੇ। ਕਿਸ ਸ਼ਬਦ ਨੂੰ ਮਤਲਬ ਕਿ ਨਾਣੇ ਬਿਹਾਰੀ ਲਗਾ ਕੇ ਉਸਦਾ ਇਸਤਰੀ ਲਿੰਗ ਬਣਾਇਆ ਜਾਂਦਾ ਜੀ, ਉਹ ਆ ਜੀ ਵਕੀਲਣੀ। ਬਾਕੀ ਤੁਸੀਂ ਵੀ ਸੋਚਦੇ ਹੋ, ਬਾਕੀ ਆ ਨੰਨੇ ਨਾਲ ਬਣਦੇ ਆ ਸਾਡੇ, ਠੀਕ ਆ, ਨੰਨੇ ਬਿਹਾਰੀ ਨਾਲ। ਅੱਗੇ ਨਵਾਬ ਦਾ ਇਸਤਰੀ ਲਿੰਗ ਕਿਹੜਾ ਜੀ, ਅਤੇ ਇਹਦਾ ਹੈਗਾ ਜੀ ਆਪਸ਼ਨ ਨੰਬਰ D ਬੇਗਮ। ਅੱਗੇ ਜੀ ਜਦੋਂ ਲਿਖਤ ਵਿੱਚ ਕਿਸੇ ਦੀ ਆਖੀ ਗੱਲ ਹੂਬ ਹੂ ਉੱਦਾਂ ਲਿਖਣੀ, ਮਤਲਬ ਕਿ ਜੋ ਗੱਲ ਕਿਸੇ ਨੇ ਕਹੀ ਉੱਦਾਂ ਲਿਖਣਾ ਜੀ, ਆਪਾਂ ਉਹਦੇ ਲਈ ਪੁੱਠੇ ਕਾਮੇ ਵਰਤਦੇ ਹਾਂ। ਅੱਗੇ ਕਿ ਜਦੋਂ ਕਿਸੇ ਸ਼ਬਦ ਦੇ ਅੱਗੇ ਕਿਸੇ ਵਰਣ ਨੂੰ ਛੱਡ ਕੇ ਉਸਦਾ ਸੰਖੇਪ ਰੂਪ ਵਿੱਚ ਲਿਖਣਾ ਹੋਵੇ, ਤਾਂ ਉਸ ਲਈ ਆਪਾਂ ਬਿੰਦੀ ਦੀ ਵਰਤੋਂ ਕਰਦੇ ਹਾਂ ਜੀ, B ਆਪਸ਼ਨ। ਅੱਗੇ ਸ਼ੁੱਧ ਰੂਪ ਦੱਸਣਾ ਜੀ, ਉਹਦਾ ਆਪਸ਼ਨ ਨੰਬਰ ਹੈਗਾ ਜੀ A ਦੁਪਹਿਰ, ਸਹੀ ਆ ਜੀ। ਉਸ ਤੋਂ ਬਾਅਦ ਇੱਕ ਹੋਰ ਸ਼ੁੱਧ ਰੂਪ ਦੱਸਿਆ ਜੀ, ਉਹਦਾ ਹੈਗਾ ਜੀ ਆਪਸ਼ਨ ਨੰਬਰ B, ਬਿੱਲੀ ਦੁੱਧ ਚੋਰੀ ਦੁੱਧ ਪੀਂਦੀ ਹੈ। ਅੱਗੇ ਸ਼ੁੱਧ ਰੂਪ ਪੁੱਛਿਆ ਜੀ ਫਿਰੋਜ਼ਪੁਰ ਦਾ, ਤਾਂ ਆਪਸ਼ਨ ਨੰਬਰ ਹੈਗਾ ਜੀ D।
ਇਹਦਾ ਆਪਸ਼ਨ ਹੈਗਾ ਸਹੀ ਜੀ ਫਿਰੋਜ਼ਪੁਰ ਡੀ ਸ਼ੁੱਧ ਸ਼ਬਦ। ਅੱਗੇ ਪੰਜਾਬੀ ਦੀ ਉਪਭਾਸ਼ਾ ਪੁੱਛਿਆ ਜੀ ਉਹ ਹੈਗਾ ਜੀ ਆਪਸ਼ਨ ਨੰਬਰ ਸੀ, ਠੀਕ ਆ ਜੀ। ਅੱਗੇ ਪੁੱਛਿਆ ਕਿ ਮਾਝੀ ਉਪਭਾਸ਼ਾ ਕਿੱਥੇ ਬੋਲੀ ਜਾਂਦੀ ਹੈ ਜੀ, ਆਪਸ਼ਨ ਨੰਬਰ ਏ ਅੰਮ੍ਰਿਤਸਰ, ਪੱਟੀ ਗੁਰਦਾਸਪੁਰ। ਤਾਂ ਜਿਹੜਾ ਪੱਟੀ ਆ ਜੀ ਉਹ ਤਰਨ ਤਾਰਨ ਦਾ ਹੀ ਸ਼ਹਿਰ ਆ ਜੀ, ਅਤੇ ਪੱਟੀ ਨੂੰ ਨੌਲੱਖੀ ਵੀ ਕਹਿੰਦੇ ਸੀ ਜੀ, ਅਤੇ ਲਾਹੌਰ ਦੀ ਤਸਵੀਰ ਰਹੀ ਆ ਜੀ। ਇਸ ਕਰਕੇ ਨਾ ਕਈਆਂ ਨੂੰ ਪਤਾ ਨਹੀਂ ਹੋਊਗਾ ਪੱਟੀ ਬਾਰੇ, ਤਾਂ ਪੱਟੀ ਜਿਹੜੇ ਇੱਧਰ ਮਾਝੇ ਦੇ ਬੱਚੇ ਵਿੱਚ ਹੈਗੇ ਆ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਪਤਾ ਹੋਊਗਾ, ਤਾਂ ਜ਼ਿਆਦਾਤਰ ਇਸੇ ਕਰਕੇ ਹੀ। ਨਹੀਂ ਤਾਂ ਤੁਸੀਂ ਉੱਦਾਂ ਵੀ ਲਿਖ ਸਕਦੇ ਕਪੂਰਥਲਾ ਹੋ ਗਿਆ ਜਾਂ ਕਪੂਰਥਲਾ ਗਿਆ ਕਪੂਰਥਲਾ, ਤਿੰਨਾਂ ਵਿੱਚ ਆ ਰਿਹਾ ਸੀ, ਇਸ ਕਰਕੇ ਉਹ ਆਪਸ਼ਨ ਗਲਤ ਸੀ, ਠੀਕ ਆ ਜੀ। ਤਾਂ ਇੱਥੋਂ ਵੀ ਐਸਟੀਮੇਟ ਲਗਾ ਸਕਦੇ ਸੀ ਤੁਸੀਂ। ਅੱਗੇ ਅੰਗਰੇਜ਼ੀ ਭਾਸ਼ਾ ਕਿਹੜੀ ਆ ਜੀ ਅੰਤਰਰਾਸ਼ਟਰੀ ਭਾਸ਼ਾ ਜੀ, ਆਪਸ਼ਨ ਨੰਬਰ ਡੀ। ਅੱਗੇ ਅੱਗੇ ਆ ਜੀ ਮੈਂਡਾ ਤੈਡਾ ਕਿਸ ਮਤਲਬ ਕਿ ਭਾਸ਼ਾ ਦੇ ਉਪ ਸ਼ਬਦ ਆ ਜੀ, ਤੋ ਆ ਜੀ ਮੁਲਤਾਨੀ ਆਪਸ਼ਨ ਨੰਬਰ ਏ, ਠੀਕ ਆ ਜੀ। ਇੱਦਾਂ ਦੀ ਹੈ ਕਿ ਤੁਸੀਂ ਮਾੜਾ ਉਹਨਾਂ ਦੇ ਪਛਾਣ ਚਿੰਨ ਚੇਤੇ ਕਰ ਲਓਗੇ ਨਾ, ਤੁਹਾਨੂੰ ਪਤਾ ਲੱਗ ਜੂਗਾ ਜੀ ਉਹ ਭਾਸ਼ਾ ਦੇ ਰਿਲੇਟਡ। ਅਤੇ ਸਿੰਧੂ ਘਾਟੀ ਦੇ ਲੋਕ ਕਿਹਦੀ ਪੂਜਾ ਕਰਦੇ ਸੀ, ਬੈਲ ਦੀ, ਆਪਸ਼ਨ ਨੰਬਰ ਏ। ਅੱਗੇ ਪੰਜਾਬੀ ਸੱਭਿਆਚਾਰ ਦੇ ਮੂਲ ਸੋਧੇ ਕਿਹੜੇ ਆ ਜੀ, ਸੋਮੇ ਕਿਹੜੇ ਆ ਜੀ, ਉਪਰੋਕਤ ਸਾਰੇ ਆ ਜੀ, ਸਥਾਨਕ, ਵਿਦੇਸ਼ੀ ਅਤੇ ਉਪਰੋਕਤ ਸਾਰੇ, ਠੀਕ ਆ ਜੀ। ਨੱਕ ਦੇ ਉਹਨਾਂ ਗਹਿਣੇ ਪੁੱਛੇ ਆ ਜੀ, ਆਪਸ਼ਨ ਨੰਬਰ ਸੀ ਆ ਜੀ। ਇਸ ਕਰਕੇ ਕਲਰਕ ਦਾ ਜਿਹੜਾ ਐਗਜ਼ਾਮ ਹੋਇਆ ਉਸ ਲਈ ਤੁਸੀਂ ਸਾਰਿਆਂ ਦੇ ਦੇਖ ਲਿਓ, ਗਲੇ ਦੇ, ਠੀਕ ਆ, ਕੰਨਾਂ ਦੇ ਸਾਰੇ ਆਪਣੇ ਦੇਖ ਲਿਓ, ਕਿਹੜੇ ਦੇ ਪੈਰਾਂ ਦੇ ਵੀ ਗਹਿਣੇ ਸਾਰੇ। ਅੱਗੇ ਕਿ ਵਿਆਹ ਵਿੱਚ ਨਾਨਕੇ ਦਾਦਕੇ ਮਸ਼ਕਰੇ ਨੇ ਕਿਹੜੇ ਮਤਲਬ ਕਿ ਗੀਤ ਮਤਲਬ ਕਿ ਗਾਏ ਜਾਂਦੇ ਜੀ, ਆਪਸ਼ਨ ਨੰਬਰ ਡੀ ਸੱਠਣੀਆਂ। ਪੰਜਾਬ ਦੇ ਸੰਦਲਬਾਰ ਦੇ ਮਰਦਾਂ ਦਾ ਲੋਕ ਕਿਹੜਾ ਜੀ ਨਾਚ ਕਿਹੜਾ, ਝੂਮਰ। ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਹੈ ਜੀ, ਆਪਸ਼ਨ ਨੰਬਰ ਸੀ ਮਾਹ ਸਿੰਘ। ਕੂਕਾ ਅੰਦੋਲਨ ਦੇ ਸਥਾਪਿਤ ਸੌਂਗ ਕੌਣ ਸਾ ਜੀ, ਆਪਸ਼ਨ ਨੰਬਰ ਏ ਬਾਬਾ ਬਾਲਕ। ਅੱਗੇ ਆਮ ਨਾਮ ਪੁੱਛੇ ਗਿਆ ਜੀ, ਉਹਨਾਂ ਵਿੱਚ ਕਿਹੜੇ ਕਿਹਾ ਜੀ, ਪਿੰਡ, ਸ਼ਹਿਰ ਅਤੇ ਦਰਿਆ, ਆਪਸ਼ਨ ਨੰਬਰ ਬੀ। ਅੱਗੇ ਆ ਜੀ ਪੁਰਖਵਾਚਕ ਪ੍ਰਣਾਮ ਕਿੰਨੀ ਤਰ੍ਹਾਂ ਦੇ ਹੁੰਦੇ ਆ ਜੀ, ਆਪਸ਼ਨ ਨੰਬਰ ਡੀ। ਅਗਰ ਕਿ ਉਸਨੂੰ ਬਹੁਤ ਸਮਝਾ ਫਿਰ ਵੀ ਉਸਨੇ ਲੋਕਾਂ ਦਾ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ, ਸੁਭਾਗ ਵਿੱਚ ਕੀ ਆ ਜੀ, ਆਪਸ਼ਨ ਨੰਬਰ ਏ ਯੋਜਕ ਆ ਜੀ। ਇਹ ਸ਼ੁੱਧ ਪੰਜਾਬੀ ਦਾ ਦੱਸਣਾ ਕਿ ਕਿਹੜਾ ਸਹੀ ਆ ਜੀ, ਤਾਂ ਉਹ ਹੈਗਾ ਜੀ ਸਹੀ ਸ਼ਨੀਵਾਰ, ਆਪਸ਼ਨ ਨੰਬਰ ਬੀ। ਅੱਗੇ ਉਹਨਾਂ ਨੇ ਪੁੱਛਿਆ ਕਿ 59 ਦਾ ਪੰਜਾਬੀ ਰੂਪ ਕਿਹੜਾ ਜੀ ਸਹੀ, ਤਾਂ ਉਹ ਆਪਾਂ ਦੱਸਣਾ ਇਹਨਾਂ ਵਿੱਚੋਂ, ਆਪਸ਼ਨ ਨੰਬਰ ਹੈਗਾ ਸੀ ਸਹੀ, ਠੀਕ ਆ ਜੀ। ਅਤੇ ਇੱਕ ਤੁਹਾਨੂੰ ਹੋਰ ਦਿਨ ਸ਼ੁੱਧ ਰੂਪ ਦੇ ਵਿੱਚ ਨਾ ਬੀ ਅਤੇ ਸੀ ਨੂੰ ਆਪਾਂ ਕਰ ਸਕਦੇ ਹਾਂ, ਉਹ ਸਿਗਨੇਚਰਵਾਰ ਵੀ ਆਪਾਂ ਕਹਿ ਦਿੰਦੇ ਹਾਂ, ਪਰ ਜਿਹੜਾ ਆਪਸ਼ਨ ਨੰਬਰ ਬੀ ਉਹ ਸਹੀ, ਜ਼ਿਆਦਾਤਰ ਸਹੀ ਆ, ਬਾਕੀ ਇਹਨਾਂ ਵਿੱਚ ਕਨਫਿਊਜ਼ਨ ਹੈਗੀ ਆ ਜੀ, ਇਸ ਕਰਕੇ ਤੁਸੀਂ ਰੱਖ ਲਿਓ ਇਹਨਾਂ ਨੂੰ, ਠੀਕ ਆ ਜੀ, ਕਿ ਕਿਹੜਾ ਸਹੀ ਲੱਗਦੇ ਆ। ਅਤੇ ਬਾਕੀ ਹੈਗਾ ਜੀ ਆਪਸ਼ਨ ਨੰਬਰ ਪੁੱਛਿਆ ਜੀ 45 ਪੁੱਛਿਆ ਕਿ ਕੋਈ ਸ਼ਬਦ ਦੱਸਿਆ ਕਿ ਉਹਦਾ ਪੁੱਛਿਆ ਕਿ ਇਹਦਾ ਪੰਜਾਬੀ ਰੂਪ ਕੀ ਆ ਜੀ, ਆਪਸ਼ਨ ਨੰਬਰ ਬੀ ਆ ਖੁਦ ਮੁਖਤਿਆਰ। ਅੱਗੇ ਅੱਧ ਮਾਰਚ ਤੋਂ ਲੈ ਕੇ ਅੱਧ ਅਪ੍ਰੈਲ ਤੱਕ ਦੇਸੀ ਮਹੀਨਾ ਕਿਹੜਾ ਜੀ, ਆਪਸ਼ਨ ਨੰਬਰ ਸੀ ਚੇਤ। ਅੱਗੇ ਕਿ ਉਹ ਬਹੁਤ ਘੱਟ ਬੋਲਦਾ ਹੈ ਵਾਕ ਵਿੱਚ ਕੀ ਆ ਜੀ, ਇਹ ਪਰ ਬਹੁਤ ਕੀ ਆ ਜੀ, ਉਹ ਆ ਜੀ ਪ੍ਰਮਾਣਵਾਚਕ ਵਿਸ਼ੇਸ਼ਣ। ਅੱਗੇ ਅਸੀਂ ਜੇਠ ਨੂੰ ਲੱਸੀ ਨਹੀਂ ਦੇਣੀ ਭਾਵੇਂ ਉਹ ਦੁੱਧ ਪੀ ਲਵੇ, ਆਪਸ਼ਨ ਨੰਬਰ ਡੀ। ਅੱਗੇ ਆ ਜੀ ਸੁਰ ਨਾਸਤਿਕ ਪੰਜਾਬੀ ਭਾਸ਼ਾ ਵਿੱਚ ਕੀ ਆ ਜੀ, ਅਖੰਡੀ ਧੁਨੀ ਆ ਜੀ, ਆਪਸ਼ਨ ਨੰਬਰ ਏ। ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਅਤੇ ਮਤਲਬ ਕਿ ਗੁਰਦੇ ਕਿਹਨਾਂ ਦਾ ਅਧਿਕਾਰ ਸੀ ਜੀ ਉਸ ਟਾਈਮ, ਕਬਜ਼ਾ ਕਿਹਨਾਂ ਦਾ ਸੀ, ਮਤਾਂ ਦਾ, ਆਪਸ਼ਨ ਨੰਬਰ ਸੀ। ਆਹ ਸੀ ਜੀ ਪੰਜਾਬੀ ਦੇ 1 ਤੋਂ ਲੈ ਕੇ 50 ਤੱਕ ਸਵਾਲ, ਅਤੇ ਇਹਦੇ ਅਕੋਰਡਿੰਗ ਤੁਹਾਨੂੰ ਪੇਪਰ ਕਲਰਕ ਦੇ ਵਿੱਚ ਆਉਣਗੇ ਜੀ, ਅਤੇ ਇਹ ਆਪਾਂ ਅਨੈਲਿਸਿਸ ਕੀਤਾ। ਬਾਕੀ ਹੈ ਕਿ ਇਹਦੇ ਵਿੱਚ 2-3 ਸਵਾਲ ਹੋ ਸਕਦੇ ਕਿ ਮੇਰੇ ਵੀ ਗਲਤ ਹੋ ਜਾਣ, ਜਾਂ ਡਿਪਾਰਟਮੈਂਟ ਵੱਲੋਂ ਕੋਈ ਵੀ ਸਹੀ ਲਾਏ ਜਾ ਸਕਦੇ ਆ ਜੀ, ਅਤੇ ਬਾਕੀ ਮੇਰੇ ਤੋਂ ਕਈ ਯਾਰ ਗਲਤੀ ਹੋ ਸਕਦੀ ਹੈ, ਇਸ ਕਰਕੇ ਤੁਸੀਂ ਆਪ ਦੇਖ ਲਿਓ। ਇਹ ਕੁਸ਼ਚਨ ਪੇਪਰ ਮੇਰੇ ਤੋਂ ਜਿੱਦਾਂ ਦਾ ਪ੍ਰਾਪਤ ਹੋਇਆ ਸੀ ਜੀ ਉਹ ਥੋੜ੍ਹਾ ਇੱਦਾਂ ਦਾ ਸੀ, ਧੁੰਦਲਾ ਜਿਹਾ, ਅਤੇ ਬਾਕੀ ਹੈ ਕਿ ਤੁਸੀਂ ਆਪਣੇ ਅਕੋਰਡਿੰਗ ਤਿਆਰੀ ਰੱਖੋ ਜੀ, ਜਿੱਦਾਂ ਦਾ ਪੇਪਰ ਆ ਰਿਹਾ ਉਹਦੇ ਅਕੋਰਡਿੰਗ ਤੁਸੀਂ ਆਪਣੇ ਪੜ੍ਹੋ ਜੀ, ਕੀ ਪੁੱਛ ਰਿਹਾ, ਦੇਸੀ ਮਹੀਨਾ ਰਿਲੇਟਡ ਪੁੱਛ ਰਹੇ ਆ, ਕੋਈ ਸ਼ੁੱਧ ਸ਼ਬਦ ਪੁੱਛ ਰਹੇ ਆ, ਕੋਈ ਕਿੱਦਾਂ ਦੇ ਮਤਲਬ ਕਿ ਪ੍ਰਸ਼ਨ ਆ ਰਹੇ ਉਹਦੇ ਅਕੋਰਡਿੰਗ ਆਪਣੀ ਤਿਆਰੀ ਰੱਖੋ ਜੀ, ਅਤੇ ਆਲ ਦੀ ਬੈਸਟ। ਬਾਕੀ ਇਹਦੇ ਵਿੱਚ ਤੁਸੀਂ 25 ਨੰਬਰ ਲੈਣੇ ਹੁੰਦੇ ਆ ਜੀ, ਤਾਂ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਸਿੰਪਲ ਸਵਾਲ ਕਰਕੇ ਵੀ, ਅਤੇ ਜੇ ਮਤਲਬ ਕੋਈ ਵੀ ਦਿੱਕਤ ਆ ਰਹੀ ਆ ਜੀ ਤਾਂ ਮੈਸੇਜ ਕਰ ਸਕਦੇ ਹੋ ਜੀ। ਅਤੇ ਬਾਕੀ ਮੈਂ ਟੈਲੀਗ੍ਰਾਮ 'ਤੇ ਇਹ PDF ਪਾ ਚੁੱਕਿਆ ਜੀ, ਬਾਕੀ ਦੂਜੇ ਪੇਪਰ ਦਾ ਵੀ ਮੈਂ ਪਾਇਆ ਹੋਇਆ ਵਾ, ਅਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਜੀ। ਬਾਕੀ ਲੀਗਲ ਨਾਲ ਸੰਬੰਧਿਤ ਹੈਗਾ ਸਾਰਾ ਕੁਛ। ਅਤੇ ਆ ਜੇ ਮੈਂ ਤੁਹਾਨੂੰ ਮਾੜਾ ਮੋਟਾ ਦੱਸ ਦਿੰਦਾ ਕਿ ਭਾਰਤ ਦਾ ਰਾਸ਼ਟਰਪਤੀ ਕਿਹੜਾ ਹੁੰਦਾ ਜੀ, ਹਥਿਆਰਬੰਦ ਸੈਨਾਵਾਂ ਦਾ ਹੁੰਦਾ ਵਾ ਜੀ, ਕਮਾਂਡਰ, GK ਦੇ ਦੱਸਣਾ ਚਾਹੁੰਦਾ ਜੀ। ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਰਧਾਰਤ ਗਿਣਤੀ ਕਿਹੜੀ ਹੁੰਦੀ ਆ ਜੀ, 2019 ਤੱਕ ਕੀਤੀ ਗਈ ਸੀ ਜੀ, ਜਿੰਨਾ ਕੁ ਮੈਨੂੰ ਪਤਾ ਹੋਊਗਾ ਮੈਂ ਤੁਹਾਨੂੰ ਉਹਨਾਂ ਦੱਸ ਦੂੰਗਾ, ਠੀਕ ਆ ਜੀ। 2019 ਲੋਕ ਸਭਾ ਦਾ ਪਹਿਲਾ ਸਪੀਕਰ ਕਿਹੜਾ ਸੀ ਜੀ, ਉਹ ਸੀ ਮਾਲਵੰਕਰ ਜਿਹੜਾ ਹੈਗਾ ਜੀ, ਵੀ ਮਲੰਕਰ। ਅਤੇ ਭਾਰਤ ਦਾ ਗੈਰ ਰਾਜਨੀਤਿਕ ਰਾਸ਼ਟਰਪਤੀ ਕਿਹੜਾ ਸੀ ਜੀ, ਡਾਕਟਰ AGP ਜੇ ਅਬਦੁਲ ਕਲਾਮ। ਅੱਗੇ ਹੇਠ ਲਿਖਿਆ ਇਹ ਤਾਂ ਜੀ ਤੁਹਾਡੇ ਹੈਗੇ ਆ ਲੀਗਲ ਕਲਰਕ ਨਾਲ ਸੰਬੰਧਿਤ ਹੈਗੇ ਆ ਜੀ ਸਾਰੇ। ਬਾਕੀ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਇਹਦੇ ਕਰਤੱਵ ਦੇ ਚੱਕਰ ਵਜੋਂ ਜਾਣਿਆ ਜਾਂਦਾ ਜੀ ਰਾਸ਼ਟਰੀ ਝੰਡੇ ਵਿੱਚ ਅਸ਼ੋਕ ਚੱਕਰ, ਆਪਸ਼ਨ ਨੰਬਰ ਸੀ। ਉੱਚ ਅਦਾਲਤ ਵਿੱਚ ਚੀਫ ਜਸਟਿਸਾਂ ਦੇ
जजा नियुक्ति कौन करता जी? भारत का राष्ट्रपति। ऑप्शन नंबर सी। अगे की हे लिखो कि राजनीतिक निर्देशक सिद्धांत नहीं है जी? ऑप्शन नंबर सी है जी, ओ सॉरी ऑप्शन नंबर ए, ऑप्शन नंबर ए कर लियो सही जी, विज्ञानिक सुभाव विकसित होना। अगे भारत में पहला तो सब तो लंबा सेवा करने वाला अटॉर्नी जनरल कहड़ा जी? तो वो आ जी ऑप्शन नंबर डी। अगे पूछा कि भारतीय संविधान में उच्च अदालत के रिकॉर्ड की अदालत कही जानी जी? ऑप्शन नंबर बी 129। तो 1966 पंजाब ते हरियाणा का अपने के चीफ जस्टिस कहड़ा सी जी? मेहर सिंह। दिल्ली के उच्च अदालतों का मतलब कि उन्हें पूछा कि किन्ने मौजूदा है जजा की? ऑप्शन नंबर डी 60 जज समेत चीफ जस्टिस। भारत का अधिकारित गवर्नर जनरल कौन सी जी? बैटिक। वर्तमान में जजा की सेवा नियुक्ति मतलब कि सेवा मुक्ति कही है जी? रिटायरमेंट का। ऑप्शन नंबर बी 62 साल। किसकी सिफारिश विधानसभा का गठन किया गया जी? कैबिनेट मिशन। अगे प्रैम्बल है जी वो किसते बेस्ड है जी? ऑब्जेक्टिव ऑब्जेक्टिव वाला। ऑप्शन नंबर सी रेजुलेशन। ताडे संबंधित है जी दूजे लीगल ना संबंधित, तो ये रिगार्डिंग तो मैं इन्ना पता नहीं। IPPC धारा जगह तो जिन्हें पढ़ी होगी उन्होंने पता होगा जी। अगे आज मैडिकल विज्ञान की शाखा जो एक भाईचारे के लोगों को प्रभावित करने लिए बीमारी का अध्ययन करती उन्होंने की कहें जी? ऑप्शन नंबर सी एपीडेमीलॉजी। अगे जी गुपकर गठजोड़ किस राज्य में राजनीतिक गठजोड़ है जी? ऑप्शन नंबर बी जम्मू कश्मीर। अगे जी G20 का किहड़ा आंदे सदस्य मैंबर नहीं गा सी जी? ऑप्शन नंबर ए पाकिस्तान। अगे निम्नलिखित विच वैब संस्करण का टैलीपैथिक वैब कहा जाता जी? ऑप्शन नंबर सी वैब 5.0 सॉरी। अगे धरती के ताज़े पानी का सब तो वड्डा हिस्सा किस रूप में चलता है? बर्फीले ते बर्फानी तौंदा ठीक है, ग्लेशियर वगैरह जोड़े हुए है। मोनीटम किस राज का हैगा जी? उन्हें पूछा कि हैगा वा नाच है जी लोग नाच। ऑप्शन नंबर डी। अगे पंजाब ब्रिटिश राज कदों मिलाएगा जी? ऑप्शन नंबर ए 1859। पहलियाँ जो कि ओलंपिक खेडा कदों तो कितने विकसित की 1896 एथनस के अंदर। कामाघाटू मारू की है जी? एक समुद्री जहाज से जी। अगर IC वर्ल्ड टैसट चैंपियनशिप जी हुई थी कि भारत आस्ट्रेलिया हुई थी जिस आस्ट्रेलिया जीत गया जी। तो बाकी आ रीजनिंग रिलेटड आ जी वो तुम आप कर सकते हो जी, सिंपल आ जी। तो मैथ भी सौखा सी वो अकॉर्डिंग वेख लेना तुम। तो पंजाबी दे जी समान टाकियाँ लगाना तो बहुत व्डिया व्डिया गल् करना जी ठीक है। तगड़ा तो विरोधी शब्द कि माड़ा, मिठास शब्द कि जी, तो इन्होंने चाहिए भाववाचक जी। अगे शुद्ध दसना जी इन्हों के जी सही, तो शोहरत तो लोगों ब्याज से जो पैसे दिता उन्होंने की कहें जी? तो आप शाहूकार कहने जी। कि आंसर है जी शाह, ऑप्शन नंबर ए। तो यह जी पंजाबी का जेडे अपना पेपर होना से वक्रा अडिशनल आप GK भी की पंजाबी एक सबजैक्ट वह भी किया जी। तो बाकी है कि तुम अपनी सारे तैयारी करते रहो जी, तो बाकी अपने आंसर मिला सकते हो तो किन्ने के जो पंजाबी पास आई हो एलिजिबल होगा जी अगे नैक्सट वो मैरिट बनूगी जी। तो जोड़ा भी अगे नैक्सट एग्जाम की तैयारी करता पाया जी भावें किसी भी एग्जाम के रिलेटेड तो अपनी ये क्वेश्चन पेपर वेख के भी अपनी तैयारी कर सकता जी।